ਦੋਸਤੋ ਇਸ ਵਕਤ ਮੈਂ ਪਿੰਡ ਬੇਕੋਵਾਲ ਜਿਹੜਾ ਹਲਕਾ ਭਲੱਤ ਦਾ ਇੱਕ ਮੇਨ ਨਗਰ ਪੰਚਾਇਤ ਹੈ ਉੱਥੇ ਖੜ੍ਹਾ ਵਾਂ। ਮੈਂ ਸਿਰਫ ਲੋਕੇਸ਼ਨ ਇਸ ਲਈ ਦਿਖਾਉਣਾ ਕਿ ਉਹ ਸਾਹਮਣੇ ਬੀਬੀ ਜਗੀਰ ਕੌਰ ਦਾ ਜਿਹੜਾ ਰਿਹਾਇਸ਼ ਵੀ ਆ ਅਤੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ। ਇਹ ਮਹਿਜ਼ 100 ਗਜ਼ ਦੂਰ ਆ, ਇਸ ਤੋਂ ਜ਼ਿਆਦਾ ਦੂਰ ਨਹੀਂ ਗਾ। ਔਰ ਇਹ ਵੀਡੀਓ ਇਸ ਲਈ ਬਣਾਉਣੀ ਪੈ ਰਹੀ ਅੱਜ ਮੈਨੂੰ ਕਿ ਬੀਬੀ ਜੀ ਹੁਣੀ ਕਹਿ ਰਹੇ ਨੇ, ਪ੍ਰਚਾਰ ਕਰਾ ਰਹੇ ਆਪਣੇ ਹੱਥ ਟੋਕਿਆਂ ਤੋਂ, ਕਿ ਲੋਕਲ MLA ਕੁਛ ਨਹੀਂ ਕਰਦਾ। ਤੋ ਮੇਰੇ ਵੀਰੋ ਪਹਿਲਾਂ ਥੋੜ੍ਹੀ ਜਿਹੀ ਮੇਰੀ ਗੱਲ ਸੁਣ ਲਓ, ਫਿਰ ਮੈਂ ਦੱਸ ਦੂੰਗਾ ਕਿ ਮੈਂ ਕੀ ਕਰਦਾ। ਆਓ ਆਪਾਂ ਇਹਨਾਂ ਦੇ ਪਿੰਡ ਦਾ ਜਿਹੜਾ ਹਾਲਤ ਹੈ ਇਸ ਵਿੱਚ ਬੇਗੋਵਾਲ ਦੀ, ਆਹ ਸੀਵਰੇਜ ਪ੍ਰੋਜੈਕਟ ਜਿਹੜਾ ਪਾਇਆ ਸੀ ਨਾ ਅਕਾਲੀ ਦਲ ਦੀ ਸਰਕਾਰ ਵੇਲੇ, 7-8 ਸਾਲ ਪੈਂਦਾ ਰਿਹਾ। ਇਹ ਪਧਾਸ ਚੌਂਕ ਤੋਂ ਪਿਛਲੀ ਲੋਕੇਸ਼ਨ ਆ, ਔਰ ਇਹਦੇ 'ਚ ਕੀ ਆ ਕਿ ਜਿਹੜਾ ਸੀਵਰੇਜ ਹੈ ਉਹ ਇਸ ਵਕਤ ਸੀਵਰੇਜ ਦੇ ਰਿਪੇਅਰ ਕਰਨ ਵਾਲੇ ਵੀ ਖੜ੍ਹੇ ਨੇ ਅਤੇ ਸੀਵਰੇਜ ਦੀਆਂ ਹੌਦੀਆਂ ਬਹਿ ਚੁੱਕੀਆਂ ਨੇ। ਸੀਵਰੇਜ ਫਲੋਪ, ਇਹ ਸੀਵਰੇਜ ਦਾ ਜਿਹੜਾ ਹੌਦੀਆਂ ਦੀਆਂ ਕੰਢਾਂ ਨੇ ਲੈਂਟਰ ਬਹਿੰਦੇ ਤਾਂ ਦੇਖੇ ਆ, ਸੀਵਰੇਜ ਦੀਆਂ ਕੰਢਾਂ ਬਹਿ ਚੁੱਕੀਆਂ। ਇਹ ਸਿਰਫ ਇੱਕ ਪੁਆਇੰਟ ਤੁਹਾਨੂੰ ਦਿਖਾ ਰਿਹਾ ਵਾਂ। ਔਰ ਇਹ ਹਾਲਤ ਬੇਗੋਵਾਲ ਦੇ ਅੰਦਰ ਸਾਰੇ ਪਿੰਡ ਦੇ, ਜਿੰਨਾ ਸੀਵਰੇਜ ਦਾ ਪ੍ਰੋਜੈਕਟ ਸੀਗਾ ਉਹ ਫੇਲ ਹੋ ਚੁੱਕਾ, ਉਹ ਜਿੰਨਾ ਬਾਰਿਸ਼ ਦਾ ਪਾਣੀ ਹੁੰਦਾ ਉਹ ਬੈਕ ਆਉਂਦਾ ਵਾ। ਔਰ ਇਹ ਸੀਵਰੇਜ ਦਾ ਪ੍ਰੋਜੈਕਟ ਘੱਟੋ ਘੱਟ 10-11 ਕਰੋੜ ਰੁਪਈਆ ਲਾਇਆ ਸੀ ਅਕਾਲੀ ਦਲ ਦੀ ਸਰਕਾਰ ਨੇ, ਉਹਦੇ 'ਚੋਂ ਪੈਸੇ ਖਾ ਲਏ, ਲੁੱਟ ਲਿਆ, ਕਮਿਸ਼ਨ ਖਾਧੇ, ਘਟੀਆ ਸਮਾਨ ਪਾਇਆ, ਖਮਿਆਜ਼ਾ ਪਿੰਡ ਵਾਲਿਆਂ ਨੂੰ ਭੁਗਤਣਾ ਪੈ ਰਿਹਾ। ਇਹ ਸਿਰਫ ਇੱਕ ਪੁਆਇੰਟ ਤੁਹਾਨੂੰ ਦਿਖਾ ਰਿਹਾ ਜਿਹੜਾ ਕਿ 100 ਗਜ਼ ਦੂਰ ਹੈ ਬੀਬੀ ਜਗੀਰ ਕੌਰ ਦੇ ਡੇਰੇ ਤੋਂ। ਔਰ ਇਹ ਦ੍ਰਿਸ਼ ਸਾਰੇ ਪਿੰਡ ਦੇ ਸੜਕਾਂ ਅੰਦਰੂਨੀਆਂ ਦਾ ਹਾਲਤ ਇਹ ਹੈ। ਔਰ ਮੈਂ ਕਹਿਣਾ ਚਾਹੁੰਦਾ ਕਿ ਸੜਕ ਆਪਾਂ ਜਿੰਨੀ ਮਰਜ਼ੀ ਵਾਰੀ ਬਣਾ ਲਈਏ, ਇਹ ਸੜਕ ਉਦੋਂ ਤੱਕ ਨਹੀਂ ਕਾਮਯਾਬ ਹੋਵੇਗੀ ਜਦ ਤੱਕ ਇਹ ਪਾਣੀ ਸੀਵਰੇਜ ਬੈਕ ਮਾਰੇਗਾ। ਪਾਣੀ ਆ, ਪਾਣੀ ਤਾਂ ਲੋਕ ਦੀ ਪਹਿਲੀ ਦੁਸ਼ਮਣੀ ਆ। ਇਸ ਲਈ ਉਹ ਕੀ ਕਹਿੰਦੇ ਹੁੰਦੇ, ਛੱਜ ਤਾਂ ਬੋਲੇ ਅਤੇ ਛਾਨਣੀ ਕਿਉਂ ਬੋਲੇ। 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, 2 ਵਾਰ ਇਹ ਕੈਬਨਿਟ ਮਿਨਿਸਟਰ ਬਣੀ ਆ, 1 ਵਾਰ SCPC ਦੀ ਪ੍ਰੈਜ਼ੀਡੈਂਟ ਰਹੀ ਆ, ਅਤੇ ਇਹ ਮੇਰੇ 'ਤੇ ਇਲਜ਼ਾਮ ਲਾ ਰਹੀ ਕਿ ਲੋਕਲ MLA ਕੁਛ ਨਹੀਂ ਕਰਦਾ। ਅਤੇ ਇਹ ਪਿੰਡ ਹਾਲੇ ਤਾਂ ਤੁਹਾਨੂੰ ਗੰਦਗੀ ਨਹੀਂ ਦਿਖਾਈ, ਉਹ ਮਾੜਾ ਜਿਹਾ ਦ੍ਰਿਸ਼ ਦਿਖਾ ਦਿਓ ਕਿਸੇ ਨੇ ਆਪਣੇ। ਔਰ ਇਹ ਪਿੰਡ ਦੀ ਸ਼ੁਰੂਆਤ ਆ ਬਿਲਕੁਲ ਡੇਰੇ ਦੇ ਲਾਗੇ, ਗੰਦਗੀ, ਬੈਕਫਾਇਰ, ਸੀਵਰੇਜ, ਟੁੱਟੀਆਂ ਸੜਕਾਂ। ਔਰ ਇਹ ਸੜਕਾਂ ਦੀ ਗੱਲ ਚੱਲੀ, ਮੈਨੂੰ ਆਪ ਪਤਾ ਵਾ ਕਿ ਸੜਕਾਂ ਇਲਾਕੇ ਦੀਆਂ ਮਾੜੀਆਂ, ਸੜਕਾਂ ਇਸ ਲਈ ਮਾੜੀਆਂ ਕਿਉਂਕਿ ਪੰਜਾਬ ਸਰਕਾਰ 3 ਲੱਖ ਕਰੋੜ ਦੀ ਕਰਜ਼ਈ ਹੈ, ਪੈਸਾ ਕਿੱਥੇ ਸਰਕਾਰ ਦੇ ਕੋਲ। ਪਰ ਇਹਦੇ ਬਾਵਜੂਦ ਮੈਂ ਪਿਛਲੇ ਦਿਨਾਂ 'ਚ ਚੰਡੀਗੜ੍ਹ ਦੇ ਕਪੂਰਥਲਾ ਦੇ PWD ਦੀ ਮੁਲਾਜ਼ਮਾਂ ਨਾਲ, ਆਫਿਸਰ ਨਾਲ ਗੱਲ ਕਰਕੇ ਆਹ ਮੇਰੇ ਕੋਲ ਵੇਰਵਾ ਆ ਗਿਆ। ਜਿਹੜੀ ਸਭ ਤੋਂ ਇੰਪੋਰਟੈਂਟ ਸੜਕ ਹੈ ਨਾ ਜਿਹੜੀ ਖਰਾਬ ਹੋ ਰਹੀ ਸੀ, ਉਹ ਹੈ ਨਡਾਲਾ ਬੇਗੋਵਾਲ ਰੋਡ। ਉਹਦੇ ਟੈਂਡਰਸ ਕੰਪਲੀਟ ਹੋ ਚੁੱਕੇ ਨੇ। ਨਡਾਲਾ ਬੇਗੋਵਾਲ ਰੋਡ ਵਾਸਤੇ ਜਿਹੜਾ ਹੈ ਇਹ ਕੰਪਲੀਟ ਨਵੇਂ ਸਿਰੇ ਤੋਂ ਸੜਕ ਕਾਰਪੇਟਿੰਗ ਹੋਵੇਗੀ। 9 ਕਰੋੜ ਅਤੇ 35 ਲੱਖ ਰੁਪਈਆ ਐਲੋਕੇਟ ਹੋ ਚੁੱਕਾ ਵਾ ਨਡਾਲਾ ਬੇਗੋਵਾਲ ਰੋਡ ਵਾਸਤੇ, ਜਿਹੜੀ ਕਿ 1 ਮਹੀਨੇ ਤੱਕ ਇਹਦਾ ਕੰਮ ਸ਼ੁਰੂ ਹੋ ਚੁੱਕਾ। ਬਾਕੀ ਜਿਹੜੀਆਂ ਸੜਕਾਂ ਇੰਕਲੂਡਿੰਗ ਦਿਸ ਸੜਕ, ਇਹਦਾ ਪੈਚ ਵਰਕ ਹੈ ਕਿਉਂਕਿ ਇਹਦਾ ਸਮਾਂ ਪੂਰਾ ਨਹੀਂ ਹੋਇਆ, ਇਹ ਪਾਣੀ ਦੇ ਕਰਕੇ, ਸੀਵਰੇਜ ਕਰਕੇ ਥਾਂ ਥਾਂ ਤੋਂ ਟੁੱਟ ਗਈ ਆ। ਇਹਦੇ ਵਾਸਤੇ 18,47,000 ਰੁਪਈਆ ਇਸ ਭੁਲੱਤ ਬੇਗੋਵਾਲ ਸੜਕ ਵਾਸਤੇ ਵੀ ਮਨਜ਼ੂਰ ਹੋ ਚੁੱਕਾ। ਨਡਾਲਾ ਢਿਲਵਾਂ ਰੋਡ ਵਾਸਤੇ 16,97,000, ਬੇਗੋਵਾਲ ਪਟਨੂਰਾ ਰੋਡ ਵਾਸਤੇ 13,85,000, ਭੁਲੱਥ ਭੋਗਪੁਰ ਰੋਡ ਵਾਸਤੇ 18,58,000, ਭੁਲੱਥ ਹਮੀਰਾ ਰੋਡ ਵਾਸਤੇ 20,09,000 ਰੁਪਈਆ ਮਨਜ਼ੂਰ ਹੋ ਚੁੱਕਾ। ਚਲੋ ਇਹ ਤਾਂ ਸੱਤਾ 'ਚ ਰਹੇ, ਮੈਂ ਤਾਂ ਕਬੂਲ ਕਰਦਾ ਕਿ ਮੈਂ ਵਿਰੋਧੀ ਧਿਰ ਵਿੱਚ ਰਿਹਾ, ਮੈਂ ਕਦੀ ਸਰਕਾਰ ਵਿੱਚ ਬੈਠ ਕੇ ਨਹੀਂ ਆਇਆ, ਪਰ ਮੈਂ ਵਿਰੋਧੀ ਧਿਰ ਵਿੱਚ ਹੋ ਕੇ ਪੰਜਾਬ ਦੇ ਹਰ ਮੁਮਕਿਨ ਮੁੱਦਿਆਂ ਨੂੰ ਚੁੱਕਿਆ। ਇਕੱਲੇ ਭੁਲੱਥ ਦੇ ਨੂੰ ਨਹੀਂ, ਆਹ ਜਿਹੜੇ ਇਹਨਾਂ ਦੇ ਮਿਨਿਸਟਰਸ ਲੁੱਟ ਖਸੁੱਟ ਕਰਦੇ ਸੀ, ਮਾਈਨਿੰਗ ਮਾਫੀਆ ਸੀਗਾ, ਉਹਨਾਂ ਦੇ ਖਿਲਾਫ ਲੜ ਕੇ ਉਹਨਾਂ ਨੂੰ ਉਹਨਾਂ ਨੂੰ ਅਸਤੀਫੇ ਦੇਣ 'ਤੇ ਮਜਬੂਰ ਕੀਤਾ। ਇਹ ਮੇਰਾ ਰੋਲ ਸੀਗਾ। ਔਰ ਮੈਂ ਜਦੋਂ ਵੀ ਸਰਕਾਰਾਂ ਦੇ ਗਲਤ ਕੰਮ ਨੂੰ ਅਪੋਜ਼ ਕੀਤਾ, ਮੈਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ। ਇਸੇ ਬੀਬੀ ਨੇ ਮੇਰੇ ਖਿਲਾਫ 6 ਝੂਠੇ ਮੁਕੱਦਮੇ ਦਰਜ ਕਰਾਏ ਸੀ, ਜਿਹੜੇ ਕਿ
ਹਾਈ ਕੋਰਟ ਨੇ ਸਾਰੇ ਭੁਆਂ ਕੇ ਮਾਰੇ ਨੇ ਔਰ ਹੁਣ ਕਾਂਗਰਸ ਦੀ ਗਵਰਨਮੈਂਟ ਨੇ ਜਸਟ ਬਿਕੋਜ਼ ਆਈ ਸਪੀਕ ਅਗੇਂਸਟ ਹਿਮ ਮੇਰੇ ਖਿਲਾਫ਼ ਡਰੱਗਸ ਦਾ ਇੱਕ ਬਹੁਤ ਮਨ ਘੜਤ ਮਾਮਲਾ ਬਣਾਇਆ ਜਿਹੜਾ ਕਿ ਸੁਪਰੀਮ ਕੋਰਟ ਪੈਂਡਿੰਗ ਆ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਔਰ ਇਹ ਪਿੰਡ ਦੇ ਕਾਉਂਸਲਰ ਨੇ ਭੁੱਲਰ ਸਾਹਿਬ ਸੰਖੇਪ 'ਚ ਦੱਸੋ ਪਿੰਡ ਦੀ ਹਾਲਤ ਕੀ, ਆਪਾਂ ਸਾਰਾ ਪਿੰਡ ਤਾਂ ਜਾ ਨਹੀਂ ਸਕਦੇ ਇੱਕ ਮਿੰਟ। ਸੰਖੇਪ ਜਿਹੜਾ ਮੇਨ ਗੱਲ ਹੈ ਜਿਹੜਾ ਮੇਨ ਫਰੂਟਾਂ ਦੀ ਦੁਕਾਨ ਤੋਂ ਲੈ ਕੇ ਅਤੇ ਮਾਤਾ ਰਾਣੀ ਮੰਦਰ ਹੈ ਜਿਹੜਾ ਮੇਨ ਬਾਜ਼ਾਰ ਹੈ ਉੱਥੇ ਪਿਛਲੇ 10 ਸਾਲ ਤੋਂ ਦੋ ਦੋ ਚਾਰ ਚਾਰ ਪੰਜ ਪੰਜ ਫੁੱਟ ਟੋਏ ਡੂੰਘੇ ਪਏ ਹੋਏ ਨੇ, ਆਪਾਂ ਜਾ ਕੇ ਵੇਖ ਸਕਦੇ ਹਾਂ ਲੋਕ ਬਹੁਤ ਤੰਗ ਨੇ। ਹਵਾਣਾ, ਕਾਲੂਵਾਲ, ਜੱਬੋ, ਇਸਤਰਪੁੱਚਾ, ਬਲੋਚੱਕ, ਭਦਾਸ, ਨੰਗਲਵਾਲ ਜਿਹੜੇ ਲੋਕ ਉੱਥੇ ਕਸਟਮਰ ਆਉਂਦੇ ਨੇ ਦੁਕਾਨਦਾਰ ਵੀ ਬਹੁਤ ਤੰਗ ਨੇ ਅਤੇ ਬਹੁਤ ਬੁਰਾ ਹਾਲ ਹੈ ਜੀ। ਸੀਵਰੇਜ ਚੱਲਿਆ ਨਹੀਂ, ਸਾਰਾ ਕਸੂਰ ਜਿਹੜਾ ਸੀਵਰੇਜ ਦਾ ਉਹਦੇ ਵਿੱਚ ਰਿਸ਼ਵਤ ਖਾਧੀ ਗਈ ਹੈ, ਸੀਵਰੇਜ ਸਹੀ ਤਾਂ ਪਿਆ ਨਹੀਂ। ਬੇਸਿਕਲੀ ਇਹ ਜਿਹੜਾ ਜੋ ਸੜਕਾਂ ਖਰਾਬ ਹੋ ਗਈਆਂ ਪਿੰਡ ਦੇ ਅੰਦਰ, ਇਹ ਆਊਟਕਮ ਹੈਗੀ ਆ ਔਫ ਵੈਰੀ ਪੂਅਰ ਸੀਵਰੇਜ ਵਰਕ। ਸਾਰਾ ਜਦੋਂ ਪਾਣੀ ਸੀਵਰੇਜ ਦਾ ਪਿੰਡ ਤੋਂ ਬਾਹਰ ਜਾਊਗਾ ਹੀ ਨਹੀਂ ਔਰ ਜਦੋਂ ਬਾਰਿਸ਼ ਪੈਂਦੀ ਉਹ ਸਾਰਾ ਪਿੰਡ ਦਾ ਬੈਕਫਾਇਰ ਕਰਕੇ ਪਿੰਡ ਦੀਆਂ ਸੜਕਾਂ 'ਤੇ ਪਾਣੀ ਆਉਂਦਾ, ਕਿੰਨੀ ਦੇਰ ਸੜਕ ਪਾ ਦਿੱਤੀ। ਔਰ ਇਸ ਪੁਆਇੰਟ 'ਤੇ ਮੈਂ ਆਪ ਖੁਦ ਖੜਾ ਹੋ ਕੇ ਨਾ ਇਹਨੂੰ ਇੱਕ ਘੱਟੋ ਘੱਟ ਇੱਕ ਜਾਂ ਦੋ ਵਾਰੀ ਆਪ ਸਫਾਈ ਕਰਾ ਕੇ ਜਾ ਚੁੱਕਾ ਹਾਂ। ਇੱਕ ਵਾਰੀ ਯਾਦ ਆ ਬਾਰਿਸ਼ ਪੈਂਦੀ ਸੀ ਬਹੁਤ ਜ਼ਿਆਦਾ ਤਾਂ ਇੱਥੇ ਸੜ ਕੇ ਸੀਵਰੇਜ ਵਾਲਿਆਂ ਨੂੰ ਜਿਹੜੇ ਮਹਿਕਮੇ ਨੇ ਕਰਾਇਆ। ਬਟ ਕੋਈ ਹੋਰ ਤਾਂ ਮੈਨੂੰ ਕਵੇ ਕਿ MLA ਕੋਈ ਕੰਮ ਨਹੀਂ ਕਰਦਾ, ਲੇਕਿਨ ਜਿਹਨਾਂ ਲੋਕਾਂ ਨੇ ਸੱਤਾ ਹੰਡਾਈ ਆ ਉਹ ਲੋਕ ਵੀ ਅੱਜ ਸਾਡੇ 'ਤੇ ਇਲਜ਼ਾਮ ਲਾਉਣ ਤਾਂ ਬਹੁਤ ਮਾੜੀ ਗੱਲ ਆ। ਔਰ ਪਿੰਡ ਇਸ ਦਾ ਵਾ ਔਰ 100 ਗਜ਼ ਦੇ ਉੱਤੇ ਖੜੇ ਹੋ ਗਿਆ ਦੇਖ ਸਕਦੇ ਔਰ ਇਹਦਾ ਕਾਰਨ ਆ ਕਰਪਟ ਲੀਡਰਸ਼ਿਪ ਅਤੇ ਕਰਪਸ਼ਨ ਕੀਤੀ ਹੋਈ ਜਿਹੜੀ ਸੀਵਰੇਜ ਪ੍ਰੋਜੈਕਟ ਆ ਇਹਨਾਂ ਦੇ ਸਾਹਮਣੇ ਆ ਰਹੀ ਸੀ। ਸੋ ਇਸ ਲਈ ਮੇਰੇ ਵੀਰੋ ਵਿਸ਼ਵ ਬੈਠੇ ਲੋਕੋ ਇਹ ਮੈਂ ਸਿਰਫ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੁੰਦਾ ਸੀਗਾ ਅਤੇ ਆਹ ਜਿਹੜੇ ਰੋਡ ਰਿਪੇਅਰ ਨੈਟਵਰਕ ਹੈ ਇਹਦਾ ਮੈਂ ਆਪਣੇ ਪੇਜ ਉੱਤੇ ਵੇਰਵਾ ਵੀ ਜਲਦੀ ਪਾ ਦੂੰਗਾ। ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।